ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿਹੜੇ ਕੋਇਨਾਂ ਦੀ ਗੱਲ ਕਰਾਂਗੇ ਉਹ ਨੇ ਆ ਜਿਹੜੇ ਸਾਹਮਣੇ ਦਿਖ ਰਹੇ ਨੇ ਸਕਰੀਨ ਉੱਤੇ ਉਹ ਇਹ ਕੋਇਨ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤੇ ਗਏ ਸਰਕੂਲੇਟਿਡ ਕੋਇਨ ਨੇ ਤੇ ਜਿਹੜੇ ਕੋਇਨ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਨੇ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਇਹਨਾਂ ਤੋਂ ਬਿਨਾ ਹੋਰ ਕੋਇਨ ਜਿਹੜੇ ਹੋਏ ਜੇ ਕਿਸੇ ਕੋਲੇ ਹੋਏ ਤਾਂ ਹ ਜ਼ਰੂਰ ਦੱਸਣਾ ਤੇ ਔਰ ਫਿਰ ਅੱਜ ਆਪਾਂ ਗੱਲ ਕਰਦੇ ਆਂ ਇੰਡੀਆ ਗਵਰਨਮੈਂਟ ਵੱਲੋਂ ਜਿਹੜੇ ਜਾਰੀ ਕੀਤੇ ਗਏ ਸਰਕੂਲੇਟਿਡ ਕੋਇਨ ਨੇ ਉਹਨਾਂ ਵਿੱਚੋਂ 20 ਰੁਪਏ ਦਾ ਜਿਹੜਾ ਕੋਇਨ ਆ ਹੁਣ ਤੱਕ ਇਹ ਮੇਰੇ ਨੌਲੇਜ ਦੇ ਮੁਤਾਬਕ ਇਹ ਦੋ ਤਰ੍ਹਾਂ ਦੇ ਕੋਇਨ ਨੇ ਦੋ ਸਾਲਾਂ ਵਿੱਚ ਜਾਰੀ ਕੀਤੇ ਨੇ ਤੇ ਇਹ ਜਿਹੜਾ ਸਭ ਤੋਂ ਪਹਿਲਾ ਕੋਇਨ ਆ ਜਿਹੜਾ ਇੱਥੇ ਲਿਖਿਆ ਵੀ ਹੋਇਆ 2020 2020 ਦੇ ਵਿੱਚ ਇਹ ਕੋਇਨ ਜਾਰੀ ਕੀਤਾ ਗਿਆ ਆਹਾਂ ਕੋਇਨ ਆ ਜਿਹੜਾ ਇਹ ਇਸ ਤਰ੍ਹਾਂ ਦਾ ਕੋਇਨ ਆ ਇਹ ਆਹ ਕੋਇਨ 2020 20 20 ਰੁਪਏ ਦਾ ਕੋਇਨ ਪਹਿਲੀ ਵਾਰ ਜਾਰੀ ਕੀਤਾ ਹੋਇਆ ਤੇ ਦੂਸਰਾ ਕੋਇਨ ਹੈਗਾ ਇਹ ਆਜ਼ਾਦੀ ਦਾ ਅਮਰਤ ਆ ਜਿਹੜਾ ਵੀ ਕੁਝ ਲਿਖਿਆ ਹੋਇਆ ਤੇ ਯਾਨੀ ਇਹ ਜਿਹੜਾ 75 ਸਾਲ ਪੂਰੇ ਹੋਣ ਤੇ ਦੇਸ਼ ਨੂੰ ਆਜ਼ਾਦ ਹੋਣ ਤੇ ਉਹਦੇ ਸਬੰਧ ਚ ਜਾਰੀ ਕੀਤਾ ਸੀ 2000 22 ਦੇ ਵਿੱਚ ਇਹ ਵੀ 20 ਰੁਪਏ ਦਾ ਕੋਇਨਾ ਇਸ ਤਰ੍ਹਾਂ ਦਾ ਤੇ ਇਹਨਾਂ ਕੋਇਨਾਂ ਤੋਂ ਬਾਅਦ ਆਪਾਂ ਅ ਗੱਲ ਕਰਾਂਗੇ 10 ਰੁਪਏ ਦੇ ਕੋਇਨਾਂ ਦੀ ਜਿਹੜੇ 10 ਰੁਪਏ ਦੇ ਕੋਇਨ ਨੇ ਇਹ ਵੈਸੇ ਅਨ ਸਰਕੂਲੇਟਿਡ ਵਗੈਰਾ ਵੀ ਹੁੰਦੇ ਨੇ ਪਰ ਜਿਹੜੇ ਸਰਕੂਲੇਟਿਡ ਕੋਇਨ ਨੇ ਆਪਾਂ ਉਹਨਾਂ ਦੀ ਵੀ ਗੱਲ ਕਰਾਂਗੇ ਕੱਲ੍ਹ ਦੀ ਤੇ ਸਭ ਤੋਂ ਪਹਿਲਾ ਜਿਹੜਾ ਕੋਇਨ ਮੇਰੇ ਕਲੈਕਸ਼ਨ ਚ ਸ਼ਾਮਲਾ ਉਹ ਹੈਗਾ 2006 ਦਾ ਬਸ ਇਹ ਸਿੰਪਲ ਕੋਇਨ ਆ ਇਸ ਤਰ੍ਹਾਂ ਦਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਤੇ 10 ਰੁਪਏ 2006 ਇਹ ਤੋਂ ਬਾਅਦ ਜਿਹੜਾ ਕੋਇਨ ਆ ਉਹ ਹੋਏਗਾ 2008 ਦਾ ਇਸ ਤਰ੍ਹਾਂ ਦਾ ਜਮੈਂ ਸੇਮ ਹੀ ਹੈ ਇਹ ਥੋੜਾ ਜਿਹਾ ਫਰਕ ਆ ਬਸ ਤੇ 2008 ਦਾ 8 ਤੋਂ ਬਾਅਦ ਹੈਗਾ 2009 ਆਹਾ ਆ 2009 ਦਾ ਕੋਇਨ ਇਸ ਤਰ੍ਹਾਂ ਦਾ ਹੈ 9 ਤੋਂ ਬਾਅਦ ਹੈਗਾ 2010 ਦਾ ਇਹ ਵੀ ਇਹ ਸਾਰੇ ਸਰਕੂਲੇਟਿਡ ਕੋਇਨ ਨੇ ਤੇ ਸਿੰਪਲ ਕੋਇਨ ਨੇ ਤੇ ਆਹ ਹੈਗਾ 2009 ਦਾ ਜੀ ਕੋਇਨ ਤੇ ਇਹਦੇ ਉੱਤੇ ਆਹ ਪਿਕਚਰ ਲਾਈ ਗਈ ਆ ਆ ਤੁਸੀਂ ਇਹ ਬੰਦੇ ਨੂੰ ਆਪਾਂ ਤਾਂ ਜਾਣਦੇ ਨਹੀਂ ਹੈਗੇ ਖੈਰ ਬਹੁਤੋ ਬੰਦਿਆਂ ਨੂੰ ਪੰਜਾਬ ਵਾਲੇ ਲੋਕ ਘੱਟ ਜਾਣਦੇ ਹੋਣਗੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕੋਇਨਾਂ 'ਤੇ ਕਿਉਂਕਿ ਪੰਜਾਬ ਨਾਲ ਉਹਨਾਂ ਦਾ ਕੋਈ ਬਹੁਤਾ ਸਬੰਧ ਨਹੀਂ ਤੇ ਇਹ 10 ਰੁਪਏ ਦਾ ਕੋਇਨ ਆ ਤੇ ਇਹ ਪਹਿਲੀ ਵਾਰ ਜਿਹਦੀ ਫੋਟੋ ਲੱਗੀ ਆ ਜਿਹੜਾ ਮੇਰੇ ਕੋਲੇ ਆਮਲਾ ਉਹ ਇਹ ਆ 2008 ਤੇ 9 ਦੇ ਵਿੱਚ ਇਹ ਆਇਆ ਤੇ ਇਸ ਤਰ੍ਹਾਂ ਦਾ ਕੋਇਨ ਆ ਇਹ ਜਿਵੇਂ ਤੁਸੀਂ ਦੇਖੀ ਜਾਨੇਓ ਇਹਦੀ ਕੋਈ ਜਨਮ ਸਤਾਵ ਦੀ ਆ ਤੇ ਉਹਦੇ ਸਬੰਧ ਵਿੱਚ ਇਹ ਕੋਇਨ ਜਾਰੀ ਕੀਤਾ ਗਿਆ ਤੇ ਆ ਤੁਸੀਂ ਆਪਣੇ ਆਪ ਪੜ ਸਕਦੇ ਹੋ ਤੇ ਇਹ ਤੋਂ ਅਗਲਾ ਕੋਇਨ ਜਿਹੜਾ ਹੈਗਾ ਉਹ ਹੈਗਾ ਇਹ 2010 ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਇਹ ਉਹਦੇ ਨਾਲ ਸੰਬੰਧਿਤ 1935 ਤੋਂ ਲੈ ਕੇ 2010 ਤੇ ਇਸ ਹਸਾਬ ਨਾਲ ਇਹ ਉਹ ਯਾਦ ਕਰਦੇ ਆਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਤੇ ਉਹਦੇ ਤੇ ਲਈ ਇਹ ਜਾਰੀ ਕੀਤਾ ਗਿਆ ਕੋਇਨ ਇਸ ਤਰ੍ਹਾਂ ਦਾ ਇਹ ਤੇ ਸ਼ੇਰ ਬਣਿਆ ਹੋਇਆ ਇਹ ਤੋਂ ਬਾਅਦ ਹੈਗਾ 2011 ਦਾ ਸਿੰਪਲ ਕੋਇਨ ਆਹੇ ਜੀ ਤੇ 2010 ਇਹ ਤੋਂ ਬਾਅਦ ਅਗਲਾ ਕੋਇਨ ਹੈ ਜਿਹੜਾ ਉਹ ਹੈਗਾ ਇਹ ਵਾਲਾ ਜਿਹੜੀ ਭਾਰਤ ਦੀ ਸੰਸਦ ਦੇ 60 ਸਾਲ ਪੂਰੇ ਹੋਣ ਤੇ 1952 ਤੋਂ ਲੈ ਕੇ 2012 ਤੱਕ ਦਾ ਤੇ ਇਹ ਤੇ ਉਹੀ ਫੋਟੋ ਬਣੀ ਹੋਈ ਆ ਜਿਹੜੀ 50 ਪੈਸੇ ਦੇ ਨੋਟਾਂ ਤੇ ਬਣੀ ਹੁੰਦੀ ਹੈ ਜ਼ਿਆਦਾਤਰ ਆ ਦੇਖੋ ਆਹ ਇਹ 60 ਸਾਲ ਪੂਰੇ ਹੋਣ ਤੇ ਅੰ ਪਾਰਲੀਮੈਂਟ ਦੇ ਤੇ ਉਹਦੇ ਸਬੰਧ ਵਿੱਚ ਇਹ 10 ਰੁਪਏ ਦਾ ਕੋਇਨ ਜਾਰੀ ਕੀਤਾ ਗਿਆ ਸੀ ਇਹ ਤੋਂ ਬਾਅਦ ਹੈਗਾ ਇਹ ਮਾਤਾ ਬੈਸਨੂ ਦੇਵੀ ਦੇ ਨਾਂ ਤੇ ਇਹ ਉਹਦੇ ਨਾਲ ਸੰਬੰਧਿਤ ਕੋਇਨ ਆ ਉਹਦੀ ਪਿਕਚਰ ਵੀ ਲਾਈ ਗਈ ਆ ਤੇ ਆ ਦੇਖੋ ਤੇ ਇਹ ਹੈਗਾ Hindu ਧਰਮ ਨਾਲ ਸੰਬੰਧਿਤ ਪਿਓਰ ਕੋਇਨ 10 ਰੁਪਏ ਦਾ ਕੋਇਨ ਆ ਇਹ ਜਿਹੜਾ ਕਿ ਆਪਣੀ ਕਲੈਕਸ਼ਨ ਵਿੱਚ ਸ਼ਾਮਲਾ ਇਸ ਤਰ੍ਹਾਂ ਦਾ ਇਹ ਤੋਂ ਅਗਲਾ ਕੋਇਨ ਜਿਹੜਾ 2012 ਦਾ ਸਿੰਪਲ ਕੋਇਨ ਆ ਉਹ ਇਸ ਤਰ੍ਹਾਂ ਦਾ ਆਹਾ ਤੇ ਇਹ ਤੋਂ ਅਗਲਾ ਕੋਇਨ ਹੋਏਗਾ ਇਹ ਵਾਲਾ ਇਹ ਹੀ ਇਹ ਵੀ 60 ਸਾਲ ਪੂਰੇ ਹੋਣ ਤੇ 1953 ਤੋਂ 2013 ਤੱਕ ਤੇ ਇਹ ਕੋਇਨ ਇਸ ਤਰ੍ਹਾਂ ਦਾ ਜਿਹੜਾ ਆਪਣੀ ਕਲੈਕਸ਼ਨ ਉਸਾਮਲਾ ਇਹ ਤੋਂ ਅਗਲਾ ਕੁਆਇਨਾ ਜਿਹੜਾ ਉਹ ਹੈਗਾ ਇਹ ਵਾਲਾ ਇਹ ਹੀ ਇਸ ਤਰ੍ਹਾਂ ਦਾ ਬਹੁਤ ਖੂਬਸੂਰਤ ਕੁਆਇਨਾ 125 ਸਾਲ ਪੂਰੇ ਹੋਣ ਤੇ ਆ 1991 ਤੋਂ 2016 ਤੱਕ ਇਸ ਤਰ੍ਹਾਂ ਦਾ ਕੁਆਇਨਾ ਹੈ ਇਹ ਇਹ ਵੀ ਸੋਨਾ ਕੁਆਇਨਾ ਤੇ ਇਹ ਤੋਂ ਬਾਅਦ ਵਾਲਾ ਕੁਆਇਨਾ ਹੈਗਾ ਇਹ ਵਾਲਾ ਡਾਕਟਰ ਐਸ ਰਾਧਾ ਕ੍ਰਿਸ਼ਨ ਦੀ 125ਵੀਂ ਜਨਮ ਸਤਾਵ ਦੀ ਉਹਦੇ ਜ਼ਬੰਦ ਵਿੱਚ ਇੱਕ ਕਵਨ ਜਾਰੀ ਕੀਤਾ ਗਿਆ ਤੇ ਇਸ ਤਰ੍ਹਾਂ ਦਾ ਅਗਲਾ ਕਵਨ ਹੈਗਾ ਕੋਈ ਸੁਆਮੀ ਆ ਤੇ ਇਹਦੇ ਬਾਰੇ ਆਪਾਂ ਕੋਈ ਬਹੁਤਾ ਜਾਣ ਦੇਣੀ ਤੇ 2015 ਵਿੱਚ ਇਹ ਕਵਨ ਜਾਰੀ ਕੀਤਾ ਗਿਆ ਤੇ ਉਹਦੀ ਪਿਕਚਰ ਲਾਈ ਹੋਈ ਆ ਇਹ ਵੀ ਉਹਦੀ ਜਨਮ ਸਤਾਵ ਦੀ ਤੇ ਸਵੰਧ ਵਿੱਚ ਜਾਰੀ ਕੀਤਾ ਗਿਆ কয়ਨਾ 10 ਰੁਪਏ ਦਾ ਤੇ ਅਗਲਾ ਜਿਹੜਾ কয়ਨਾ ਉਹ ਹੈਗਾ ਇਹ ਡਾਕਟਰ ਅੰਬੇਦਕਰ ਭੀਮrao ਤੇ ਇਹਦੀ 125ਵੀਂ ਜਨਮ ਸਤਾਵਦੀ ਦੇ ਸਵੰਧ ਵਿੱਚ 2015 ਚ ਜਾਰੀ ਕੀਤਾ ਗਿਆ কয়ਨਾ ਹੈ ਆ ਦੇਖੋ ਉਹਨਾਂ ਦੀ ਪਿਕਚਰ ਲੱਗੀ ਹੋਈ ਆ ਤੇ ਇਹਨੂੰ ਤਾਂ ਸਾਰੀ ਜਾਣਦੇ ਨੇ ਇਹ ਤੋਂ ਬਾਅਦ ਆહેਗਾ ਲਾਲਾ ਲਾਜਪਤਰਾਏ ਇਹ ਸੁਵੰਦਤਾ ਪੰਜਾਬ ਨਾਲ ਰਾਖਦਾ ਤੇ ਇਹ ਇਹ ਵੀ 2015 ਤੱਕ ਇਹਦੀ ਕੋਈ 150ਵੀਂ ਜਿਹੜੀ ਇਹਦੀ ਜਨਮ ਸਦਾਵਦੀ ਆ ਉਹਦੇ ਨਾਲ ਸੰਬੰਧਤਾ ਤੇ ਪੰਜਾਬ ਵਾਲੇ ਲੋਕਾਂ 'ਚ ਇਹਦੀ ਕੀ ਅਮੇਜ ਆ ਉਹ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਤੇ ਇਹਦਾ ਕੋਇਨ 10 ਰੁਪਏ ਦਾ ਇੰਡੀਆ ਵਾਲੇ ਗਵਰਨਮੈਂਟ ਨੇ ਜਾਰੀ ਕੀਤਾ ਇਹੋ ਜਾਂ ਇਹ ਤੋਂ ਬਾਅਦ ਹੈਗਾ ਜਿਹੜਾ ਕੋਆਨੋ ਹੈਗਾ ਆ ਜੋਗਾ ਨਾਲ ਸੰਬੰਧਤ ਜੋਗਾ ਹੀ ਆ ਹਾਂ ਜੋਗਾ ਇੰਟਰਨੈਸ਼ਨਲ ਡੇ ਆਫ ਜੋਗਾ 2015 ਵਿੱਚ ਤੇ ਨਾਲ-ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸੀਏ ਵੀ 2015 ਦੇ ਵਿੱਚ ਅੱਡ-ਅੱਡ ਪਿਕਚਰਾਂ ਵਾਲੇ ਬਹੁਤ ਸਾਰੇ ਕੋਆਨ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤੇ ਗਏ ਸੀ ਇਸ ਤਰ੍ਹਾਂ ਦਾ ਕੋਆਨ ਹੈ ਆ ਇਹ ਜੀ ਪਿਕਚਰ ਆਈ ਹੋਈ ਆ ਜੀ ਆ ਦੇ ਇਹ ਤੇ ਤਾਂ ਤਰੀਕ ਵੀ ਲਿਖੀ ਹੋਈ ਆ 21 ਜੂਨ ਤੇ ਉਹ ਤੋਂ ਬਾਅਦ ਕੋਇਨ ਹੈਗਾ ਜਿਹੜਾ ਉਹ ਹੋਏਗਾ ਇਹ ਵਾਲਾ ਜਿਹਦੇ ਤੇ ਇੱਕ ਤਾਂ ਗਾਂਧੀ ਆ ਦੂਜਾ ਵੀ ਗਾਂਧੀ ਹੀ ਹੋਣਾ ਇਹ ਮਹਾਤਮਾ ਗਾਂਧੀ ਦੇ ਸੰਬੰਧ ਵਿੱਚ ਜਾਰੀ ਕੀਤਾ ਗਿਆ ਕੋਇਨ ਇਸ ਤਰ੍ਹਾਂ ਦਾ 2015 ਦਾ ਹੀ ਇਹ ਆ ਇਸ ਤਰ੍ਹਾਂ ਦਾ ਕੋਇਨ ਆ ਇਹ ਤੇ ਇਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ ਇਹ ਇਹ 2000 ਸਮਝ ਨਹੀਂ ਆ ਰਹੀ ਕਿੰਨਾ ਲਿਖਿਆ 2018 ਵਿੱਚ ਜਾਰੀ ਕੀਤਾ ਗਿਆ ਇਹ ਵੀ ਤੇ ਇਹ ਵੀ ਹਿੰਦੂ ਧਰਮ ਨਾਲ ਸੰਬੰਧਿਤ ਕੋਇਨਾ ਇਹਦੇ ਤੇ ਲਿਖਿਆ ਹੋਇਆ ਕਾਸੀ ਹਿੰਦੂ ਵਿਸ਼ਵਦੈਲਿਆ ਯੂਨੀਵਰਸਿਟੀ ਹੈ ਕੋਈ ਹਿੰਦੂ ਯੂਨੀਵਰਸਿਟੀ ਪਤਾ ਨਹੀਂ ਜੋ ਵੀ ਹੈਗਾ ਇਹ ਉਹਦੇ ਨਾਲ ਸੰਬੰਧਿਤ ਕੋਇਨਾ ਤੇ 10 ਰੁਪਏ ਦਾ ਕੋਇਨਾ ਇਹ ਹੈ ਇਹ ਤੋਂ ਅਗਲਾ ਕੋਇਨ ਜਿਹੜਾ ਉਹ ਹੈਗਾ ਇਹ 2019 ਚ ਜਾਰੀ ਹੋਇਆ 10 ਰੁਪਏ ਦਾ ਸਿੰਪਲ ਕੋਇਨ ਤੇ ਇਹ ਤੋਂ ਬਾਅਦ ਜਿਹੜਾ ਆਖਰੀ ਕੋਇਨ ਆਪਣੇ ਕੋਲੇ ਹੈਗਾ ਉਹ ਹੈਗਾ 2022 ਚ ਜਾਰੀ ਕੀਤਾ ਗਿਆ 75 ਸਾਲ ਪੂਰੇ ਹੋਣ ਤੇ ਦੇਸ਼ ਦੇ ਆਜ਼ਾਦ ਹੋਣ ਨੂੰ ਲੈ ਕੇ ਇਹ ਵਾਲਾ ਕੋਇਨ ਤੇ ਇਹ ਸਾਰੇ 10 ਤੇ 20 ਰੁਪਏ ਦੇ ਕੋਇਨ ਨੇ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਪਰ ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਵੀ ਕਿੱਧਰ ਗਏ ਭਗਤ ਸਿੰਘ ਹੁਣੀ ਅ ਸੀਰ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਹਰਨਾਮ ਸਿੰਘ ਟੁੰਡੀਲਾਟ ਤੇ ਸੋਨ ਸਿੰਘ ਪਾਕਣਾ ਤੇ ਇਹ ਆਜ਼ਾਦੀ ਕਲਾਟੀਏ ਕਿੱਧਰ ਗਏ ਜਿਨ੍ਹਾਂ ਦੀਆਂ ਪਿਕਚਰਾਂ ਇਹਨਾਂ ਕੋਈਆਂ ਉੱਤੇ ਲੱਗਣੀਆਂ ਚਾਹੀਦੀਆਂ ਸੀ ਤੇ ਨਹੀਂ ਲੱਗ ਸਕੀਆਂ ਤੇ ਚਲੋ ਖੈਰ ਤੇ ਇਹ ਕੋਇਨ ਨੇ ਜੇ ਇਹਨਾਂ ਕੋਇਨਾਂ ਤੋਂ ਬਿਨਾ ਕੋਈ ਹੋਰ ਕੋਇਨ ਹੋਏ 10 ਰੁਪਏ ਦੇ ਜਾਂ 20 ਰੁਪਏ ਦੇ ਤਾਂ ਮੈਨੂੰ ਜਰੂਰ ਦੱਸਣਾ ਤਾਂ ਕਿ ਮੇਰੀ ਜਾਣਕਾਰੀ ਵਿੱਚ ਵੀ ਵਾਧਾ ਹੋ ਸਕੇ ਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋ ਪਸੰਦ ਆਈ ਹੋ ਦੇਖਦੇ ਰਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕੋਇਨਾਂ ਨਾਲ ਧੰਨਵਾਦ